ਸਾਰੇ ਨਗਰ ਨਿਵਾਸੀਆਂ ਦੀ ਜਿਨ੍ਹਾਂ ਨੇ ਮੈਨੂੰ ਸਰਪੰਚ ਬਣਨ ਦਾ ਬਹੁਤ ਹੀ ਮਾਣ ਬਖਸ਼ਿਆ। ਇਹੀ ਦੇਖੀ ਚੱਲੀ ਸੀ ਕਿ ਮੈਂ ਆਪਣੇ ਪਿੰਡ ਦਾ ਵੱਧ ਤੋਂ ਵੱਧ ਧਿਆਨ ਰੱਖਾਂਗੀ, ਤਰੱਕੀ ਕਰਾਂਗੀ ਅਤੇ ਮੈਂ ਕਿਸੇ ਵੀ ਪਾਰਟੀ ਵਾਜ ਨੂੰ ਦੇ ਕੇ ਨਹੀਂ ਚੱਲਾਂਗੀ। ਮੈਂ ਨੌਜਵਾਨ ਵੀਰਾਂ ਅਤੇ ਬੱਚਿਆਂ ਨੂੰ ਇਹੀ ਸੰਦੇਸ਼ ਦਿੰਦੀ ਹਾਂ ਕਿ ਨਸ਼ਾ ਛੱਡ ਕੇ ਵੱਡਾ ਵੱਲ ਧਿਆਨ ਦਿਓ। ਸਰਕਾਰ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਜੋ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਏ ਅਤੇ ਇਹਨਾਂ ਦਾ ਕਾਰੋਬਾਰ ਵਧਾਇਆ ਜਾਏ, ਨਸ਼ੇ ਤੋਂ ਧਿਆਨ ਛੁਡਾਇਆ ਜਾਏ। ਮੈਂ ਜਗਸੀਰ ਸਿੰਘ ਪੰਚ ਵਾਸੀਆਂ ਦੇ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਸਰਬਸੰਮਤੀ ਨਾਲ ਪੰਚ ਚੁਣਿਆ। ਪੰਚ ਪੰਚਾਇਤ ਸਰਪੰਚ ਜਸਵੀਰ ਕੌਰ ਨਾਲ ਮਿਲ ਕੇ ਸਾਥ ਦੇਵਾਂਗੇ। ਸਰ ਤਕਰੀਬਨ ਸਾਡੇ ਪਿੰਡ ਦੇ ਵਿੱਚ ਰਾਸਤੇ ਬਲੋਕ ਪਏ ਨੇ ਜੋ ਉਹਨਾਂ ਵਾਸਤੇ ਅਸੀਂ ਗ੍ਰਾਂਟਾਂ ਦੀ ਮੰਗ ਕਰਦੇ ਹਾਂ ਜੀ, ਅਤੇ ਥੋੜ੍ਹਾ ਜਿਹਾ ਸਾਨੂੰ ਸਹਿਯੋਗ ਦੀ ਜ਼ਿਆਦਾਤਰ ਲੋੜ ਹੈ ਕਿ ਅਸੀਂ ਪਿੰਡ ਵਾਸੀ ਹਾਂ ਅਤੇ ਜੋ ਵੀ ਕੰਮ ਰੁਕੇ ਹੋਏ ਨੇ ਵਿਕਾਸ ਦੇ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ। ਅਸੀਂ ਪਿੰਡ ਵਾਲੇ ਜੀ ਮਤਲਬ ਜਿਹੜਾ ਕੋਈ ਮਤਲਬ ਕੰਮ ਰਹਿੰਦਾ ਹੈ ਜਦੋਂ ਕੋਈ ਰੁਕਿਆ ਹੋਇਆ ਅਸੀਂ ਉਹ ਕੰਮ ਕਰਨਾ ਚਾਹੁੰਦੇ, ਕਿਉਂਕਿ ਜੀ ਤਾਂ ਹੀ ਅਸੀਂ ਮਤਲਬ ਸਹੂਲਤ ਕਰਾਂਗੇ ਕੰਮ ਪਿੰਡ ਦੀ, ਤਾਂ ਕਿ ਰਾਜੀਆਂ ਵੀ ਨਸ਼ਿਆਂ ਤੋਂ ਦੂਰ ਰਹਿਣ। ਜਿਹੜੇ ਪੜ੍ਹੇ ਲਿਖੇ ਮਤਲਬ ਜਵਾਨ ਨੇ ਉਹ ਜਿਹੜੇ ਮਤਲਬ ਪੜ੍ਹ ਕੇ ਉਹ ਫਿਰਦੇ ਨੇ ਨਸ਼ੇ ਦੀ ਮਤਲਬ ਗੈਰ ਲੱਗਦੇ ਨੇ ਜੀ, ਉਹਨਾਂ ਨੂੰ ਨੌਕਰੀ ਤੱਕ ਪਹੁੰਚਾਉਣ ਦੀ ਮਤਲਬ ਕੋਸ਼ਿਸ਼ ਕਰੇ ਸਰ। ਮੈਂ ਆਪਣੇ MLA ਸਾਹਿਬ ਦਾ, ਆਪਣੇ ਪਿੰਡ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਨ ਦਾ ਬਹੁਤ ਬਹੁਤ ਮਾਣ ਬਖਸ਼ਿਆ।